ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਵਾਕ ਹੈ ਜੀ, ਨਾਮਾ ਮਾਇਆ ਮੋਹਿਆ ਕਹੇ ਤਰਲੋਚਨ ਮੀਤ, ਕਾਹੇ ਛਿਪੋ ਸ਼ੈਲੇ ਰਾਮ ਨਾ ਲਾਭੋ ਚੀਤ। ਫਿਰ ਅੱਗੇ ਬਾਣੀ ਕੇ ਦੱਸਦੀ, ਨਾਮਾ ਕਹੇ ਤਰਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਗੁਰਬਾਣੀ ਦੇ ਵਿੱਚ ਜਿੰਨਾ ਨਾਮ ਜਪਣ ਦੇ ਉੱਤੇ ਜ਼ੋਰ ਦਿੱਤਾ ਗਿਆ ਹੈ, ਉਹਨਾਂ ਸ਼ਾਇਦ ਕਿਸੇ 'ਤੇ ਜ਼ੋਰ ਨਹੀਂ ਹੈ। ਕਿਉਂ? ਨਾਮ ਜਪਣ ਦੇ ਨਾਲ ਬੰਦੇ ਦੇ ਅੰਦਰ ਉਤਸ਼ਾਹ ਪੈਦਾ ਹੋ ਜਾਂਦਾ ਹੈ, ਜੁਗਤੀਆਂ ਪ੍ਰਗਟ ਹੋ ਜਾਂਦੀਆਂ, ਹਰੇਕ ਚੀਜ਼ ਦੀ ਸਮਝ ਅਤੇ ਸੋਝੀ ਆ ਜਾਂਦੀ ਹੈ ਕਿ ਇਸ ਨੂੰ ਕਿਵੇਂ ਕਰਨਾ ਹੈ। ਇਸੇ ਕਰਕੇ ਗੁਰਬਾਣੀ ਦੇ ਅੰਦਰ ਇਹ ਆਖਿਆ ਗਿਆ ਕਿ ਵਾਰੰਗਵਾਰ ਵਾਰ ਪ੍ਰਭ ਜਪੀਏ, ਪੀ ਅੰਮ੍ਰਿਤ ਇਹ ਮਨ ਤਨ ਤ੍ਰਪੀਏ, ਕਿ ਨਾਮ ਜਿਹੜਾ ਨਾ ਵਾਰ ਵਾਰ ਜਪਣਾ ਚਾਹੀਦਾ, ਇਹਦਾ ਰੈਪੀਟੇਸ਼ਨ ਹੋਣਾ ਚਾਹੀਦਾ ਹੈ। ਇਸ ਤੋਂ ਬਗੈਰ ਆਦਮੀ ਕਿਸੇ ਕੰਮ ਦਾ ਨਹੀਂ ਹੈ। ਜਿਵੇਂ ਜੋ ਪਹੀਏ ਹੁੰਦੇ ਆ ਗੱਡੀਆਂ ਦੇ, ਉਹ ਵਾਰ ਵਾਰ ਚੱਲਦੇ ਆ ਤਾਂ ਮੰਜ਼ਿਲ ਤੈਅ ਹੁੰਦੀ ਆ। ਅਸੀਂ ਵਾਰ ਵਾਰ ਰੋਟੀ ਖਾਂਦੇ ਹਾਂ, ਜੀਵਨ ਚੱਲਦਾ, ਵਾਰ ਵਾਰ ਸਾਹ ਲੈਂਦੇ ਹਾਂ, ਦਿਲ ਵਾਰ ਵਾਰ ਧੜਕਦਾ ਹੈ, ਬਸ ਇਹ ਜ਼ਿੰਦਗੀ ਹੈ। ਇਸੇ ਤਰ੍ਹਾਂ ਨਾਮ ਵੀ ਜਿਹੜਾ ਵਾਰ ਵਾਰ ਜਪਣਾ ਹਨ, ਇਹ ਇੱਕ ਅਧਿਆਤਮਿਕ ਕਮਾਈ ਦੀ ਜ਼ਿੰਦਗੀ ਹੈ। ਬੰਦਾ ਮਨੁੱਖ ਤੋਂ ਦੇਵਤਾ ਬਣਦਾ ਅਤੇ ਦੇਵਤੇ ਤੋਂ ਪਰਮੇਸ਼ਰ ਬਣ ਜਾਂਦਾ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਵਾਰੰਵਾਰ ਨਾਮ ਕਿਵੇਂ ਜਪਿਆ ਜਾਵੇ, ਜਦਕਿ ਦੁਨੀਆ ਦੇ ਵਿੱਚ ਕੰਮਾਂ ਕਾਰਾਂ ਦੀ ਇੰਨੀ ਦੌੜ ਹੈ ਕਿ ਮਨੁੱਖ ਜਿਹੜਾ ਹੈ ਨਾ ਆਮ ਤੌਰ 'ਤੇ ਇਸ ਤੋਂ ਅਸਮਰੱਥ ਹੋ ਜਾਂਦਾ ਹੈ। ਉਹ ਕਹਿੰਦਾ ਹੈ ਕਿ ਮੇਰੇ ਕੋਲ ਇੰਨਾ ਟਾਈਮ ਨਹੀਂ ਹੈ ਕਿ ਮੈਂ ਨਾਮ ਨੂੰ ਜਗ੍ਹਾ ਦੇ ਸਕਾਂ। ਭਾਵੇਂ ਮਹਾਂਪੁਰਖਾਂ ਨੇ ਇਹਨਾਂ ਦੇ ਵਾਸਤੇ ਕਈ ਯੁਕਤੀਆਂ ਵੀ ਬਣਾਈਆਂ ਕਿ ਕਿਵੇਂ ਸਵੇਰ ਸ਼ਾਮ ਜਦੋਂ ਵੀ ਕਦੀ ਫੁਰਸਤ ਮਿਲੇ, ਥੋੜ੍ਹਾ ਟਾਈਮ ਕਿਸੇ ਇਕਾਂਤ ਵਿੱਚ ਬੈਠ ਕੇ ਚੌਂਕੜਾ ਲਾ ਕੇ ਵਾਹਿਗੁਰੂ ਵਾਹਿਗੁਰੂ ਜਪਣਾ ਚਾਹੀਦਾ ਹੈ, ਜਾਂ ਮੂਲ ਮੰਤਰ ਦਾ ਪਾਠ ਕਰਨਾ ਚਾਹੀਦਾ ਹੈ। ਘੱਟ ਤੋਂ ਘੱਟ ਨਹੀਂ ਤਾਂ 5 ਮਿੰਟ ਜ਼ਰੂਰ ਬੈਠਣਾ ਚਾਹੀਦਾ ਹੈ। ਪਰ ਇਨਸਾਨ ਦਾ ਮਨ ਕਈ ਵਾਰ ਕੰਮਾਂ ਕਾਰਾਂ ਦੇ ਵਿੱਚ ਇਸ ਤਰ੍ਹਾਂ ਖੁੱਭ ਜਾਂਦਾ ਹੈ ਕਿ ਉਹ ਕਹਿੰਦਾ ਹੈ ਕਿ ਮੈਂ ਇਸ ਤਰ੍ਹਾਂ ਵੀ ਇਕਾਂਤ ਦੇ ਵਿੱਚ ਇਕਾਗਰਚਿਤ ਹੋ ਕੇ ਨਾਮ ਨਹੀਂ ਜਪ ਸਕਦਾ। ਸੋ ਇਸ ਕਰਕੇ ਮਹਾਂਪੁਰਖਾਂ ਨੇ ਕੁਛ ਯੁਕਤਾਂ ਜਿਹੜੀਆਂ ਉਹ ਕੱਢੀਆਂ ਕਿ ਕਿਵੇਂ ਸੰਸਾਰ ਦੇ ਵਿੱਚ ਕੰਮ ਕਾਰ ਕਰਦੇ ਹਾਂ ਤੁਸੀਂ ਆਪਣੀ ਸੁਰਤ ਨੂੰ ਨਾਮ ਦੇ ਨਾਲ ਜੋੜ ਸਕਦੇ ਹਾਂ। ਜਿਵੇਂ ਸਭ ਤੋਂ ਪਹਿਲਾਂ ਕਿੱਤਾ ਜੋ ਹੈ ਉਹ ਹੈ ਵਪਾਰ। ਹੁਣ ਵਪਾਰ ਦਾ ਇੱਕ ਮੇਨ ਕਿੱਤਾ ਆਪਾਂ ਦੁਕਾਨਦਾਰੀ ਲਾ ਲਈਏ, ਅਤੇ ਦੁਕਾਨਦਾਰੀ ਇੱਕ ਐਸਾ ਕਿੱਤਾ ਕਿ ਜਿਹਦੇ ਵਿੱਚ ਜੋ ਦੁਕਾਨਦਾਰ ਬੈਠਾ ਹੁੰਦਾ ਉਹਦੀ ਸੁਰਤ ਹਮੇਸ਼ਾ ਹੀ ਗਾਹਕ 'ਤੇ ਕੇਂਦਰਿਤ ਰਹਿੰਦੀ ਆ, ਉਹਦੀ ਤੱਕਣੀ ਹਮੇਸ਼ਾ ਹੀ ਗਾਹਕ ਨੂੰ ਲੱਭਦੀ ਰਹਿੰਦੀ ਆ। ਬਸ ਗੱਲ ਇਹ ਹੈ ਕਿ ਉਹ ਚਾਹੁੰਦਾ ਕਿ ਜਿਹੜੀ ਮੈਂ ਦੁਕਾਨ ਪਾਈ ਆ ਇਹ ਘਾਟੇ 'ਚ ਨਾ ਜਾਵੇ, ਇਹਦਾ ਦਿਨੋਂ ਦਿਨ ਮੁਨਾਫਾ ਹੋਵੇ, ਇਹਦੀ ਦਿਨੋਂ ਦਿਨ ਖੱਟੀ ਹੋਵੇ, ਤਾਂ ਜੋ ਉਹਦਾ ਅਤੇ ਉਹਦੇ ਪਰਿਵਾਰ ਦਾ ਜੋ ਗੁਜ਼ਾਰਾ ਹੈ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਹੋ ਸਕੇ। ਇਸ ਕਰਕੇ ਮਹਾਂਪੁਰਖਾਂ ਨੇ ਯੁਕਤ ਬਣਾਈ ਆ ਕਿ ਦੁਕਾਨਦਾਰੀ ਦੇ ਵਿੱਚ ਨਾਮ ਜਪਣਾ ਜਿਹੜਾ ਹੈ ਇਹ ਕਿਵੇਂ ਉਤਸ਼ਾਹ ਪੈਦਾ ਕਰ ਦਿੰਦਾ ਹੈ। ਕਹਿੰਦੇ ਆ ਕਿ ਅਗਰ ਤਾਂ ਕੋਈ ਗਾਹਕ ਆਵੇ, ਉਸ ਗਾਹਕ ਨੂੰ ਤੁਸੀਂ ਅਟੈਂਡ ਕਰਕੇ ਉਹਨੂੰ ਸਮਾਨ ਵਗੈਰਾ ਦੇ ਕੇ ਜਦੋਂ ਵੀ ਫੁਰਸਤ ਮਿਲਦੀ ਆ ਤਾਂ ਨਾਮ ਜਪਣਾ ਚਾਹੀਦਾ ਹੈ। ਜਿਵੇਂ ਤੁਸੀਂ ਕਾਊਂਟਰ ਦੇ ਉੱਤੇ ਵਿਹਲੇ ਬੈਠੇ ਹਾਂ, ਵਿਹਲੇ ਬੈਠੇ ਬੜੇ ਸਹਿਜ ਦੇ ਵਿੱਚ ਚਾਹੇ ਇੱਕ ਮਾਲਾ ਦਾ ਸਹਾਰਾ ਲੈ ਕੇ ਉਹਨੂੰ ਹੱਥ ਵਿੱਚ ਫੜ ਕੇ ਹੌਲੀ ਹੌਲੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਇਸ ਤਰ੍ਹਾਂ ਕਰੀ ਜਾਓ। ਭਾਵੇਂ ਮਹਾਂਪੁਰਖ ਦੱਸਦੇ ਆ ਕਿ ਇਸ ਵਾਹਿਗੁਰੂ ਜਪਣ ਦਾ ਪ੍ਰਭਾਵ ਐਸਾ ਹੋਏਗਾ ਕਿ ਤੇਰੀ ਫਿਰ ਜਿਹੜੀ ਤੱਕਣੀ ਹੈ ਨਾ ਗਾਹਕ ਨੂੰ ਨਹੀਂ ਤੱਕੇਗੀ। ਕਿਉਂ? ਸਮਾਂ ਆਏ 'ਤੇ ਅਗਰ ਤੂੰ ਇਸ ਤਰ੍ਹਾਂ ਨਾਮ ਜਪਦਾ ਰਹੇਗਾ, ਭਾਵਾਂ 1 ਮਹੀਨੇ ਦੇ ਵਿੱਚ 29 ਦਿਨ ਤੇਰੀ ਗਾਹਕ ਜਿਹੜਾ ਹੈਗਾ ਦੁਕਾਨ ਦੇ ਉੱਤੇ ਨਾ ਆਵੇ, ਕੋਈ ਗਾਹਕ ਦੁਕਾਨ 'ਤੇ ਨਾ ਆਵੇ, ਪਰ 30ਵੇਂ ਦਿਨ ਇੱਕ ਐਸਾ ਗਾਹਕ ਆਏਗਾ ਕਿ ਜਿਹੜਾ ਤੇਰਾ 29 ਦਿਨਾਂ ਦਾ ਘਾਟਾ ਸਾਰਾ ਹੀ ਪੂਰਾ ਕਰ ਦੇਗਾ। ਇਹ ਹੀ ਨਾਮ ਦੀ ਤਾਕਤ ਹੈ, ਨਾਮ ਦਾ ਕਮਾਲ ਹੈ, ਨਾਮ ਦੀ ਅਚਰਜਤਾ ਹੈ। ਬਾਕੀ ਜਿਵੇਂ ਹੱਥੀਂ ਕੰਮ ਕਰਨਾ ਹੈ ਉਹਨਾਂ ਵੀਰਾਂ ਵਾਸਤੇ, ਜਿਵੇਂ ਕਿਰਸਾਨੀ ਹੈ, ਮਜ਼ਦੂਰੀ ਹੈ, ਮਿਸਤਰੀ ਦਾ ਕੰਮ ਹੈ, ਜਾਂ ਹੋਰ ਵੀ ਕਾਰਖਾਨਿਆਂ ਵਿੱਚ ਜਿਹੜੇ ਇਹ ਪ੍ਰਾਣੀ ਜਿਹੜੇ ਆ ਉਹ ਹੱਥੀਂ ਕੰਮ ਕਰਦੇ ਆ, ਉਹਨਾਂ ਵਾਸਤੇ ਨਾਮ ਜਪਣਾ ਜਿਹੜਾ ਹੈਗਾ, ਕਿਉਂਕਿ ਇੱਥੇ ਸਰੀਰ ਦਾ ਜ਼ੋਰ ਹੈ ਅਤੇ ਉਹ ਸਹਿਜ ਦੇ ਵਿੱਚ ਹੀ ਬੜੇ ਸਹਿਜ ਦੇ ਵਿੱਚ ਹੀ ਨਾਮ ਜਪ ਸਕਦੇ ਆ।
ਹੱਥੀਂ ਕੰਮ ਕਰਨ ਵਾਲੇ, ਜਿਵੇਂ ਅਗਰ ਕੋਈ ਥੋੜ੍ਹੇ ਦਾ ਕੰਮ ਕਰਦਾ ਹੈ, ਇੱਕ ਥੋੜ੍ਹਾ ਮਾਣ ਦੇ ਨਾਲ ਹੀ ਆਪਣੇ ਚਿੱਤ ਦੇ ਵਿੱਚ ਵਾਹਿਗੁਰੂ ਆਖੇ, ਮਿਸਤਰੀ ਜੋ ਇੱਟਾਂ ਲਾਉਣ ਵਾਲਾ ਹੈ ਇੱਕ ਇੱਟ ਰੱਖਦੇ ਸਾਰ ਹੀ ਨਾਲ ਵਾਹਿਗੁਰੂ ਆਖੇ, ਇਸੇ ਤਰ੍ਹਾਂ ਹੀ ਜਿਵੇਂ ਕੋਈ ਵੀ ਹੋਵੇ ਕਿਸਾਨ ਹੈ, ਅਗਰ ਉਹ ਆਪਣੇ ਖੇਤ ਦੇ ਵਿੱਚ ਬੀਜ ਬੀਜ ਰਿਹਾ ਹੈ ਅਤੇ ਇੱਕ ਬੀਜ ਸੜਦੇ ਸਾਰ ਹੀ ਉਹ ਆਸਤਾ ਦੇਣੀ ਵਾਹਿਗੁਰੂ ਕਹੇ, ਇੱਕ ਤਾਂ ਕੰਮ ਵੀ ਜਿਹੜਾ ਹੈਗਾ ਉਹ ਬੜੀ ਸਹਿਜ ਖੁਸ਼ਲਤਾ ਅਤੇ ਖੁਸ਼ੀ ਅਤੇ ਆਨੰਦ ਦੇ ਵਿੱਚ ਹੋ ਜਾਂਦਾ ਹੈ, ਦੂਸਰਾ ਉਸ ਨੂੰ ਕੰਮ ਦੇ ਵਿੱਚ ਥਕਾਵਟ ਵੀ ਨਹੀਂ ਹੁੰਦੀ। ਜਿਵੇਂ ਪੁਰਾਣੇ ਸਿੰਘ ਜਿਹੜੇ ਸੀ ਉਹ ਰੋਜ਼ ਰਾਤ ਨੂੰ 100-100 ਕੋਹ ਦੀ ਬਾਟ ਚੱਲਦੇ ਹੁੰਦੇ ਸੀ, ਪਰ ਜਦੋਂ ਉਹ ਖੱਬਾ ਪੈਰ ਚੱਕਦੇ ਸੀ ਤਾਂ ਮਹਾਂਪੁਰਖ ਦੱਸਦੇ ਕਿ ਉਹ ਵਾਹ ਕਹਿੰਦੇ ਸੀ, ਜਦ ਸੱਜਾ ਚੱਕਦੇ ਸੀ ਤਾਂ ਗੁਰੂ ਕਹਿੰਦੇ ਸੀ। ਇਸ ਤਰ੍ਹਾਂ ਵਾਹਿਗੁਰੂ 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 ਦੇ ਸ਼ਬਦ ਦੀ ਤਾਕਤ ਨਾਲ ਉਹ 100-100 ਕੋਹ ਦੂਰ ਨਿਕਲ ਜਾਂਦੇ ਸੀ ਔਰ ਉਹਨਾਂ ਨੂੰ ਥਕਾਵਟ ਤੱਕ ਨਹੀਂ ਸੀ ਹੁੰਦੀ। ਇਸ ਤਰ੍ਹਾਂ ਇੱਕ ਕਿੱਤਾ ਜੋ ਹੈ ਜਿਹਨੂੰ ਅਸੀਂ ਚਿੱਤਰਕਲਾ, ਸੰਗੀਤ ਜਾਂ ਹੋਰ ਵੀ ਬਹੁਤ ਜੋ ਬਰੀਕੀ ਕਿੱਤੇ ਹਨ ਉਹਨਾਂ ਦੇ ਹਿਸਾਬ ਦੇ ਨਾਲ, ਜਿਵੇਂ ਦਵਾਈਆਂ ਦਾ ਕੰਮ ਹੈ ਜਿਹਦੇ ਵਿੱਚ ਸੁਰਤ ਨੂੰ ਜ਼ਿਆਦਾ ਟਿਕਾਉਣਾ ਪੈਂਦਾ ਹੈ, ਉਹਦੇ ਵਿੱਚ ਨਾਮ ਜਪਣ ਦੀ ਜੋ ਵਿਧੀ ਮਹਾਂਪੁਰਖਾਂ ਨੇ ਦੱਸੀ ਆ, ਉਹ ਕਹਿੰਦੇ ਇਸ ਤਰ੍ਹਾਂ ਹੈ ਕਿ ਅਗਰ ਕੋਈ ਸੱਜਣ ਦਵਾਈਆਂ ਦੇ ਕਿਸੇ ਵੀ ਫੈਕਟਰੀ ਵਿੱਚ ਕੰਮ ਕਰਦਾ ਹੈ ਤਾਂ ਉੱਥੇ ਮਨ ਦੀ ਇਕਾਗਰਤਾ ਜ਼ਿਆਦਾ ਜ਼ੋਰ ਪਾਉਂਦੀ ਹੈ ਤਾਂ ਜੋ ਸੁਰਤ ਬਾਹਰ ਨਾ ਜਾਵੇ। ਕਹਿੰਦੇ ਉਸ ਟਾਈਮ ਕੀ ਕਰੋ, ਤੁਸੀਂ ਜੋ ਕੰਮ ਦੀ ਰਫਤਾਰ ਹੈ ਉਹਨੂੰ ਬੇਸ਼ੱਕ ਥੋੜ੍ਹਾ ਘੱਟ ਕਰ ਦਿਓ ਅਤੇ ਸਹਿਜ ਦੇ ਵਿੱਚ ਆਪਣੇ ਮਨ ਦੇ ਵਿੱਚ ਵਾਹਿਗੁਰੂ ਦਾ ਚਿੰਤਨ ਕਰੋ। ਕਹਿੰਦੇ ਤੁਸੀਂ ਦੇਖੋਗੇ ਕੰਮ ਭਾਵਾਂ ਘੱਟ ਹੋਏਗਾ ਪਰ ਉਸ ਕੰਮ ਦਾ ਜਿਹੜਾ ਗੁਣ ਹੈ, ਕੁਆਲਿਟੀ ਜਿਹੜੀ ਹੈ ਨਾ ਉਸ ਵਸਤੂ ਦੀ, ਅਗਰ ਦਵਾਈ ਦਾ ਕੰਮ ਕਰਦੇ ਹਾਂ ਉਹ ਜ਼ਿਆਦਾ ਵੱਧ ਜਾਏਗੀ। ਅਗਰ ਇਹ ਜਿਹੜੀ ਚੀਜ਼ ਵਾ ਜਦੋਂ ਜ਼ਿਆਦਾ ਵੱਧ ਗਈ ਤਾਂ ਭਾਵਾਂ ਮਾਰਕੀਟ ਦੇ ਵਿੱਚ ਉਹ ਸਮਾਨ ਬਹੁਤ ਹੀ ਘੱਟ ਜਾਏਗਾ ਪਰ ਉਹਦੀ ਜੋ ਅਸਰ ਹੈ ਦਵਾਈ ਖਾਣ ਵਾਲੇ ਨੂੰ ਉਹ ਸਭ ਤੋਂ ਜ਼ਿਆਦਾ ਹੋਏਗਾ ਅਤੇ ਉਹਦੀ ਜੋ ਦਵਾਈ ਹੈ ਮਾਰਕੀਟ ਵਿੱਚ ਸਭ ਤੋਂ ਜ਼ਿਆਦਾ ਮੰਗ ਕਰੇਗੀ। ਇਸੇ ਤਰ੍ਹਾਂ ਚਿੱਤਰਕਲਾ ਹੈ, ਅਗਰ ਕੋਈ ਪ੍ਰੇਮੀ ਕਿਸੇ ਵੀ ਕਾਗਜ਼ ਦੇ ਉੱਤੇ ਚਿੱਤਰ ਕਰਦੇ ਹਨ ਜਾਂ ਬੁੱਤ ਬਣਾਉਂਦੇ ਹਨ ਉਹਦੇ ਵਿੱਚ ਵੀ ਜੋ ਕੰਮ ਦੀ ਰਫਤਾਰ ਹੈ ਤੁਸੀਂ ਘੱਟ ਕਰ ਦਿਓ, ਅੰਦਰ ਹਿਰਦੇ ਵਿੱਚ ਵਾਹਿਗੁਰੂ ਦਾ ਚਿਤਵਨ ਕਰੋ, ਤੁਸੀਂ ਦੇਖੋਗੇ ਉਹ ਕਲਾ ਜਿਹੜੀ ਹੈ ਨਾ ਆਪਣੇ ਆਪ ਹੀ ਐਸੇ ਮੁਕਾਮ ਦੇ ਉੱਤੇ ਪਹੁੰਚ ਜਾਏਗੀ ਕਿ ਉਹ ਚਿੱਤਰਕਲਾ ਸਾਰਿਆਂ ਦੀ ਖਿੱਚ ਦਾ ਕਾਰਨ ਬਣ ਜਾਏਗੀ ਅਤੇ ਉਹ ਜੋ ਚਿੱਤਰਕਲਾ ਹੈ ਉਹ ਸਭ ਤੋਂ ਮਹਿੰਗੀ ਹੋ ਕੇ ਮਾਰਕੀਟ ਦੇ ਵਿੱਚ ਸਭ ਤੋਂ ਵੱਧ ਮੁੱਲ 'ਤੇ ਵਿਕੇਗੀ। ਇਸੇ ਤਰ੍ਹਾਂ ਕੋਈ ਵੀ ਚੀਜ਼ ਹੈ ਅਗਰ ਅਸੀਂ ਉਸ ਦੀ ਰਫਤਾਰ ਨੂੰ ਥੋੜ੍ਹਾ ਘੱਟ ਕਰਕੇ ਵਾਹਿਗੁਰੂ ਦੇ ਨਾਲ ਜੋੜ ਦਿੰਦੇ ਹਾਂ ਤਾਂ ਫਿਰ ਵਾਹਿਗੁਰੂ ਜਿਹੜਾ ਹੈ ਨਾਮ ਦੀ ਸ਼ਕਤੀ ਦਾ ਜੋ ਮੇਨ ਕੰਮ ਹੈ ਉਹ ਤੁਹਾਡੀ ਵਡਿਆਈ ਨੂੰ ਦੁਨੀਆ ਦੇ ਅੰਦਰ ਪ੍ਰਗਟ ਕਰ ਦਿੰਦਾ ਹੈ। ਇਸ ਤਰ੍ਹਾਂ ਜੋ ਬੀਬੀਆਂ ਰਸੋਈ ਦੇ ਵਿੱਚ ਜੋ ਹਾਊਸ ਵਾਈਫ ਹੁੰਦੀਆਂ ਹਨ, ਅਗਰ ਘਰ ਦੇ ਵਿੱਚ ਰਸੋਈ ਦੇ ਪਕਵਾਨ ਪਕਾਉਣ ਵਾਲੇ ਵੱਡੇ ਵੱਡੇ ਹੋਟਲਾਂ ਦੇ ਵਿੱਚ ਜੋ ਕੁੱਕ ਦਾ ਕੰਮ ਕਰਦੇ ਆ, ਇਹ ਜੋ ਫੂਡ ਨੂੰ ਬਣਾਉਣਾ ਹੈ ਇਹਦੇ ਵਿੱਚ ਆਮ ਤੌਰ 'ਤੇ ਹੁੰਦਾ ਹੈ ਕਿ ਜਲਦੀ ਜਲਦੀ ਗਾਹਕਾਂ ਲਈ ਭੋਜਨ ਬਣਾਇਆ ਜਾਵੇ, ਪਰ ਇਹਦੇ ਵਿੱਚ ਵੀ ਇਹੋ ਹੀ ਵਿਧੀ ਹੈ ਕਿ ਭੋਜਨ ਬਣਾਉਂਦੇ ਸਮੇਂ ਤੁਸੀਂ ਅੰਦਰ ਚਿਤਨਮ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਕਰੋ, ਇੱਕ ਪ੍ਰਸ਼ਾਦਾ ਲਾਉਂਦੇ ਹੋਏ ਵੀ ਤੁਸੀਂ ਸਹਿਜ ਦੇ ਵਿੱਚ ਵੇਲਣਾ ਫੇਰਦੇ ਰੋਟੀ ਉੱਤੇ ਵੀ ਵਾਹਿਗੁਰੂ ਵਾਹ ਅੱਗੇ ਕਰੋ ਜਦ ਵੇਲਣਾ ਜਾਂਦਾ, ਜਦ ਵੇਲਣਾ ਪਿੱਛੇ ਆਵੇ ਤਾਂ ਗੁਰੂ ਕਹੋ। ਇਸ ਤਰ੍ਹਾਂ ਅਸੀਂ ਦੇਖਾਂਗੇ ਇਹ ਜੋ ਭੋਜਨ ਹੈ ਇਹ ਬਹੁਤ ਜ਼ਿਆਦਾ ਸਵਾਦ ਬਣ ਜਾਏਗਾ, ਉਹ ਹੋਟਲਾਂ ਦੇ ਵਿੱਚ ਗਾਹਕਾਂ ਦੀ ਖਿੱਚ ਜ਼ਿਆਦਾ ਬਣ ਜਾਏਗੀ ਜਿਹਦੇ ਵਿੱਚ ਨਾਮ ਸਿਮਰਨ ਦੀ ਕਮਾਈ ਜਿਹੜੀ ਹੈ ਉਹ ਜ਼ਿਆਦਾ ਜੁੜਦੀ ਹੈ ਅਤੇ ਉਹਦੇ ਨਾਲ ਉਹ ਹੋਟਲ ਨੰਬਰ 1 ਦੇ ਉੱਤੇ ਆ ਜਾਂਦੇ ਹਨ। ਕਿਉਂ? ਇਹ ਜਿਹੜੀਆਂ ਚੀਜ਼ਾਂ ਜਿਨ੍ਹਾਂ ਨੇ ਵਾਹਿਗੁਰੂ ਸਿਮਰਨ ਨੂੰ ਹਰੇਕ ਕੰਮ ਦੇ ਵਿੱਚ, ਚਾਹੇ ਉਹ ਡਰਾਈਵਰੀ ਦਾ ਕੰਮ ਹੈ ਕੋਈ ਵੀ ਕੰਮ ਹੈ, ਡਰਾਈਵਰੀ ਦੇ ਕੰਮ ਵਿੱਚ ਵੀ ਧਿਆਨ ਦੀ ਬੜੀ ਜ਼ਰੂਰਤ ਹੈ, ਭਾਵੇਂ ਬੱਸਾਂ ਦੇ ਵਿੱਚ ਅੱਜ ਕੱਲ੍ਹ ਟੇਪਾਂ ਦੇ ਸ਼ਬਦ ਲਾਉਣ ਉੱਤੇ ਪਾਬੰਦੀ ਲਾਈ ਜਾਂਦੀ ਹੈ ਜਾਂ ਮੋਬਾਈਲ ਸੁਣ 'ਤੇ ਪਾਬੰਦੀ ਲਾਈ ਜਾਂਦੀ ਹੈ, ਪਰ ਅਗਰ ਅੰਦਰ ਚਿਤਵਣ ਦੇ ਵਿੱਚ ਕੋਈ ਵੀ ਪ੍ਰਾਣੀ ਡਰਾਈਵਰੀ ਕਰਦਾ ਹੋਏ ਵੀ ਐਸਤਾ ਐਸਤਾ ਵਾਹਿਗੁਰੂ ਵਾਹਿਗੁਰੂ ਸ਼ਬਦ ਦਾ ਧਿਆਨ ਕਰਦਾ ਜਾਏਗਾ, ਤੁਸੀਂ ਦੇਖੋਗੇ ਕਿ ਜੋ ਡਰਾਈਵਰੀ ਵਿੱਚ ਨੀਂਦ ਹੁੰਦੀ ਹੈ ਉਹ ਤੋਂ ਆਦਮੀ ਸੁਚੇਤ ਰਹਿੰਦਾ ਹੈ, ਚੁਤੰਨ ਰਹਿੰਦਾ ਹੈ। ਆਮ ਤੌਰ 'ਤੇ ਡਰਾਈਵਰ ਨੀਂਦ 'ਤੇ ਕਬਜ਼ਾ ਕਰਨ ਵਾਸਤੇ ਫੀਮ ਜਾਂ ਹੋਰ ਕੁਛ ਐਸੀਆਂ ਨਸ਼ੀਲੀਆਂ
ਜੋ ਦਵਾਈਆਂ ਹੁੰਦੀਆਂ ਉਹਦਾ ਇਸਤੇਮਾਲ ਕਰਦੇ ਆ, ਪਰ ਤੁਸੀਂ ਦੇਖੋਗੇ ਕਿ ਵਾਹਿਗੁਰੂ ਸ਼ਬਦ ਪੜ੍ਹਦੇ ਪੜ੍ਹਦੇ ਜਿਹੜਾ ਟਰੱਕ ਹੈ ਉਹ ਆਪਣੀ ਰਫ਼ਤਾਰ ਦੇ ਨਾਲ ਵਿੱਚ ਸਹਿਜ ਦੇ ਵਿੱਚ ਆਪਣੇ ਟਾਈਮ ਦੇ ਉੱਤੇ ਚਲਾ ਜਾਂਦਾ ਹੈ। ਡਰਾਈਵਰ ਨੂੰ ਨੀਂਦ ਵੀ ਨਹੀਂ ਆਉਂਦੀ ਅਤੇ ਉਹ ਸੁਚੇਤ ਵੀ ਰਹਿੰਦਾ ਹੈ, ਅਤੇ ਗੱਡੀ ਵੀ ਬਿਨਾਂ ਕਿਸੇ ਐਕਸੀਡੈਂਟ ਜਾਂ ਹੋਰ ਖਤਰੇ ਤੋਂ ਆਪਣੇ ਆਪ ਨੂੰ ਬੜਾ ਹੀ ਸੇਫ ਰੱਖਦੀ ਹੈ। ਇਸ ਤਰ੍ਹਾਂ ਜਿਹੜੇ ਡਾਕਟਰੀ ਕਿੱਤੇ ਹਨ, ਜਿਵੇਂ ਡਾਕਟਰਾਂ ਦੇ, ਨਰਸਾਂ ਦੇ, ਅਗਰ ਉਹ ਵੀ ਆਪਣੇ ਕਿੱਤੇ ਵਿੱਚ ਆਪਣੀ ਜੋ ਮਨ ਦੀ ਚਿੱਤ ਬਣੀ ਹੈ ਕਿਸੇ ਵੀ ਸ਼ਬਦ ਦੇ ਨਾਲ ਜੋੜ ਜਾਣ, ਜਿਵੇਂ ਧਰਤੀ ਬਹੁ ਨਾਲ ਲੱਗੀ ਮੇ ਪਾਰ ਬ੍ਰਹਮ ਸਰਨਾਈ, ਮੇਰਾ ਵੈਦ ਗੁਰ ਗੋਬਿੰਦਾ, ਹਰ ਹਰ ਨਾਮ ਔਖਤ ਮੁਖ ਦੇਵੇ, ਕਾਟੇ ਜੰਮ ਕੀ ਫੰਦਾ, ਐਸੇ ਸ਼ਬਦ ਆਹਿਸਤਾ ਆਹਿਸਤਾ ਮਨ ਦੇ ਵਿੱਚ ਰਾਧਣ ਦੇ ਨਾਲ ਉਹ ਦੇਖਣਗੇ ਕਿ ਜਿਸ ਮਰੀਜ਼ ਨੂੰ ਵੀ ਉਹਦਾ ਇਲਾਜ ਕਰਨਗੇ, ਟ੍ਰੀਟਮੈਂਟ ਕਰਨਗੇ, ਉੱਥੇ ਉਹਨਾਂ ਦੇ ਹੱਥਾਂ ਦੇ ਵਿੱਚ ਬਰਕਤਾਂ ਆ ਜਾਣਗੀਆਂ, ਐਸੀਆਂ ਬਰਕਤਾਂ ਆ ਜਾਣਗੀਆਂ ਕਿ ਜਿਹੜੇ ਅਸਾਧ ਰੋਗ ਵੀ ਆ ਉਹ ਦਵਾਈਆਂ ਤਾਂ ਇੱਕ ਪਾਸੇ ਰਹੀਆਂ, ਉਹਨਾਂ ਦੇ ਮਰੀਜ਼ ਦੇ ਹੱਥਾਂ ਨੂੰ ਸਪਰਸ਼ ਕਰਨ ਦੇ ਨਾਲ ਹੀ ਉਹ ਨੌਂ ਹੋ ਜਾਣਗੀਆਂ। ਇਹ ਹੀ ਨਾਮ ਦੀ ਕਮਾਈ ਹੈ ਕਿ ਨਾਮ ਨੂੰ ਕਦੇ ਵੀ ਵਿਸਾਰਨਾ ਨਹੀਂ ਚਾਹੀਦਾ, ਹਮੇਸ਼ਾ ਆਪਣੇ ਚਿੱਤ ਦੇ ਵਿੱਚ ਇਸ ਨੂੰ ਵਸਾਉਣਾ ਚਾਹੀਦਾ ਹੈ। ਜਿਹਨਾਂ ਪ੍ਰਾਣੀਆਂ ਦੇ ਅੰਦਰ ਨਾਮ ਚਿੱਤ ਦੇ ਵਿੱਚ ਵੱਸ ਜਾਂਦਾ ਹੈ ਉਹਨਾਂ ਦੇ ਕੰਮ ਕਾਰ ਬੜੇ ਹੀ ਸਹਿਜ ਦੇ ਵਿੱਚ ਹੋ ਜਾਂਦੇ ਹਨ, ਅਤੇ ਉਹਨਾਂ ਨੂੰ ਕਿਸੇ ਕੋਈ ਖਾਸ ਉੱਦਮ ਦੀ ਲੋੜ ਨਹੀਂ ਪੈਂਦੀ, ਕਿਸੇ ਖਾਸ ਪਰਿਸ਼ਰਮ ਦੀ ਲੋੜ ਨਹੀਂ ਪੈਂਦੀ, ਸਾਰੇ ਕੰਮ ਸਹਿਜ ਦੇ ਵਿੱਚ ਹੋ ਜਾਂਦੇ ਆ। ਇਹ ਨਾਮ ਦੀ ਐਸੀ ਵਿਲੱਖਣਤਾ ਹੈ। ਚਾਹੇ ਕੋਈ ਪੁਲਿਸ ਮੁਲਾਜ਼ਮ ਹੈ, ਉਹ ਤਾਂ ਡਿਊਟੀ ਬੜੀ ਵਧੀਆ ਹੈ ਕਿ ਅਗਰ ਉਹ ਆਪਣੀ ਡਿਊਟੀ 'ਤੇ ਖੜ੍ਹਾ ਹੈ ਅਤੇ ਖੜ੍ਹਾ ਖੜ੍ਹਾ ਹੀ ਨਾਲੇ ਉਹ ਡਿਊਟੀ ਕਰ ਰਿਹਾ ਹੈ, ਅਤੇ ਅਗਰ ਸਹਿਜ ਦੇ ਨਾਲ ਉਹ ਡਿਊਟੀ ਦੇ ਵਿੱਚ ਹੀ ਆਪਣੇ ਨਾਮ ਜਪਣ ਦੀ ਕਿਰਿਆ ਨੂੰ ਆਪਣੇ ਚਿੱਤ ਦੇ ਵਿੱਚ ਆਪਣੇ ਦਿਲ ਦੇ ਵਿੱਚ ਵਸਾ ਲੈਂਦਾ ਹੈ, ਤਾਂ ਉਹ ਦੇਖੇਗਾ ਕਿ ਜਿਸ ਜਗ੍ਹਾ ਖੜ੍ਹਾ ਹੈ ਜਿਹੜੇ ਲੋਕ, ਚਾਹੇ ਉਹ ਪੁਲਿਸ ਵਾਲਾ ਹੈ, ਉਹਨੂੰ ਥੋੜ੍ਹਾ ਜਿਹਾ ਨਫ਼ਰਤ ਦੀ ਨਜ਼ਰ ਨਾ ਤੱਕਣਗੇ, ਪਰ ਜਿਹੜਾ ਨਾਮ ਜਪਦਾ ਜਪਦਾ ਆਪਣੀ ਡਿਊਟੀ 'ਤੇ ਖੜ੍ਹਾ ਹੈ ਉਹਦੇ ਵੱਲ ਕੁਦਰਤੀ ਗੱਲ ਹੈ ਕਿ ਸਾਰਿਆਂ ਦੀ ਨਜ਼ਰ ਜਿਹੜੀ ਹੈ ਉਹ ਸਤਿਕਾਰਯੋਗ ਹੋ ਜਾਏਗੀ। ਦੂਸਰਾ ਗੱਲ ਇਹ ਹੈ ਕਿ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਦੇ ਬਹੁਤ ਵਧੀਆ ਅਤੇ ਜਿਹੜੇ ਮੌਕੇ ਆ ਉਹ ਬੜੇ ਆਸਾਨੀ ਦੇ ਨਾਲ ਪ੍ਰਾਪਤ ਹੋ ਜਾਂਦੇ ਆ, ਅਤੇ ਉਹ ਕੋਈ ਐਸੇ ਕੇਸ ਜਿਹੜੇ ਪੇਚੀਦਾ ਹੁੰਦੇ ਆ ਉਹਨਾਂ ਦੀ ਸੋਚ ਦੇ ਵਿੱਚ ਬਹੁਤ ਛੇਤੀ ਉਹ ਸੋਲਵ ਹੋ ਜਾਂਦੇ ਆ, ਚਾਹੇ ਉਹ ਕਤਲ ਦੇ ਕੇਸ ਹੋਣ ਜਾਂ ਹੋਰ ਕੇਸ ਹੋਣ, ਪਰ ਨਾਮ ਦੀ ਬਰਕਤ ਦੇ ਨਾਲ ਵਾਹਿਗੁਰੂ ਉਹਨਾਂ ਦੇ ਅੰਦਰ ਐਸੀ ਸੋਝੀ ਪਾ ਦਿੰਦਾ ਹੈ ਕਿ ਵੱਡੇ ਵੱਡੇ ਮੁਰਜਮ ਜਿਹੜੇ ਕਾਨੂੰਨ ਦੀਆਂ ਨਜ਼ਰਾਂ ਦੇ ਵਿੱਚ ਧੋਖਾ ਦੇ ਕੇ ਦੂਰ ਨਿਕਲ ਜਾਂਦੇ ਹਨ ਉਹ ਉਹਨਾਂ ਦੀ ਗ੍ਰਸਤ ਦੇ ਵਿੱਚ ਸਹਿਜੇ ਹੀ ਆ ਜਾਂਦੇ ਆ। ਇਹ ਸਾਰਾ ਨਾਮ ਦੀ ਕਮਾਈ ਦੀ ਬਦੌਲਤ ਸਾਰਾ ਕੁਛ ਹੁੰਦਾ ਹੈ। ਨਾਮ ਇੰਨਾ ਸਰਵ ਸ਼ਕਤੀਮਾਨ ਹੈ, ਇਸੇ ਕਰਕੇ ਹੀ ਗੁਰੂ ਨਾਨਕ ਸਾਹਿਬ ਅਤੇ ਜਿੰਨੇ ਵੀ ਹੋਰ ਮਹਾਂਪੁਰਖ ਆ ਉਹਨਾਂ ਨੇ ਨਾਮ ਜਪਣ ਨੂੰ ਨੰਬਰ ਇੱਕ 'ਤੇ ਰੱਖਿਆ ਹੈ ਕਿ ਇਹ ਕੋਈ ਰੈਪੀਟੇਸ਼ਨ ਨਹੀਂ ਹੈ, ਇਹ ਇੱਕ ਜ਼ਿੰਦਗੀ ਹੈ, ਇੱਕ ਐਸੀ ਜ਼ਿੰਦਗੀ ਜਿਹੜੀ ਸਤਿਚਿਤ ਆਨੰਦ ਦੇ ਨਾਲ ਜੋੜਦੀ ਆ ਅਤੇ ਪ੍ਰਾਣੀ ਨੂੰ ਹਰੇਕ ਦੀ ਸੋਝੀ ਕਰ ਦਿੰਦੀ ਹੈ। ਜਿਹੜੇ ਕੰਮ ਸਾਲਾਂ ਵਧੀ ਨਹੀਂ ਹੋ ਸਕਦੇ ਉਹ ਮਿੰਟੇ ਘੰਟੇ ਅਤੇ ਸਕਿੰਟਾਂ ਦੇ ਵਿੱਚ ਹੋ ਜਾਂਦੇ ਆ, ਉਸ ਦੀ ਬੁੱਧੀ ਦੀ ਪਕੜ ਦੇ ਵਿੱਚ ਆ ਜਾਂਦੇ ਆ। ਜਿਵੇਂ ਮਹਾਂਪੁਰਖ ਦੱਸਦੇ ਆ ਕਿ ਅਗਰ ਕਿਸੇ ਦੀ ਕੋਈ ਚੀਜ਼ ਗਵਾਚ ਜਾਵੇ ਤਾਂ ਉਹਦੀਆਂ ਨਜ਼ਰਾਂ ਤੋਂ ਦੂਰ ਹੋ ਜਾਂਦੀ ਹੈ, ਅਸਲ ਦੇ ਵਿੱਚ ਕੋਈ ਚੀਜ਼ ਗਵਾਚਦੀ ਨਹੀਂ ਹੈ ਪਰ ਨਜ਼ਰ ਤੋਂ ਓਹਲੇ ਹੋ ਜਾਂਦੀ ਆ। ਪਰ ਜਿਹੜੇ ਨਾਮ ਜਪਦੇ ਆ ਉਹਨਾਂ ਦੀ ਜੋ ਨਜ਼ਰ ਹੈ, ਜੋ ਬੁੱਧੀ ਹੈ, ਉਹ ਬਹੁਤ ਵਿਸ਼ਾਲ ਹੋ ਜਾਂਦੀ ਜਾਂ ਆਕਾਸ਼ ਵਾਂਗੂ ਅਸੀਮ ਹੋ ਜਾਂਦੀ ਹੈ। ਉਹਨਾਂ ਦੀ ਨਜ਼ਰ ਦੇ ਵਿੱਚ ਚੀਜ਼ ਕੋਈ ਗਵਾਚਦੀ ਨਹੀਂ, ਓਹਲੇ ਹੋ ਜਾਂਦੀ ਆ, ਅਤੇ ਜਿਹੜੀ ਓਹਲੇ ਹੋਈ ਚੀਜ਼ ਆ ਉਹ ਉਹਨਾਂ ਦੇ ਹੱਥ ਦੇ ਵਿੱਚ ਚੜ ਜਾਂਦੀ ਹੈ। ਇਹ ਨਾਮ ਦੀ ਕਮਾਈ ਹੈ। ਚਾਹੇ ਕਿਸੇ ਵੀ ਖੇਤਰ ਦੇ ਵਿੱਚ ਚਲੇ ਜਾਓ, ਵਿੱਦਿਆ ਦੇ ਖੇਤਰ ਦੇ ਵਿੱਚ ਚਲੇ ਜਾਓ, ਜਿਹੜੇ ਬੱਚੇ ਨਾਮ ਭਜਨ ਸਿਮਰਨ ਕਰਦੇ ਆ ਨਾਲ ਪੜ੍ਹਾਈ ਕਰਦੇ ਆ, ਇਹਨਾਂ ਦਾ ਇੱਕ ਤਰੀਕਾ ਹੈ ਕਿ ਜਦੋਂ ਪੜ੍ਹਨ ਵਾਸਤੇ ਵਿੱਦਿਆ ਵਾਸਤੇ ਮਨ ਨੂੰ ਬੜੇ ਇਕਾਗਰਤਾ ਦੀ ਲੋੜ ਹੈ, ਪਰ ਜੇ ਉਸ ਟਾਈਮ ਨਾਮ ਜਪਿਆ ਜਾ ਸਕੇ ਤਾਂ ਤੁਸੀਂ ਇੱਕ ਛੋਟਾ ਜਿਹਾ ਟੇਪ ਜੋ ਗੁਰਬਾਣੀ ਦੇ ਕੀਰਤਨ ਦਾ ਹੈ ਤੁਸੀਂ ਨਾਲ ਲਾ ਕੇ ਬੜੇ ਮੱਧਮ ਆਵਾਜ਼ ਵਿੱਚ ਉਸ ਨੂੰ ਸੁਣੋ। ਸੁਣਦੇ ਸੁਣਦੇ ਤੁਸੀਂ ਆਪਣੀ ਪੜ੍ਹਾਈ ਵੀ ਜਾਰੀ ਰੱਖੋ, ਤੁਸੀਂ ਦੇਖੋਗੇ ਕਿ ਜਿਹੜੀ ਪੜ੍ਹਾਈ ਤੁਹਾਨੂੰ ਬਹੁਤ ਵਾਰੀ ਪੜ੍ਹਨ ਦੇ ਨਾਲ ਸਮਝ ਵਿੱਚ ਨਹੀਂ ਆਉਂਦੀ ਉਹਨੂੰ ਇੱਕ ਦੋ ਵਾਰ ਦੇਖਣ ਦੇ ਵਿੱਚ ਹੀ
ਉਹ ਪੜ੍ਹਾਈ ਉਹ ਗੱਲ ਤੁਹਾਡੇ ਦਿਮਾਗ ਦੇ ਵਿੱਚ ਐਨ ਫਿੱਟ ਹੋ ਜਾਂਦੀ ਆ ਅਤੇ ਤੁਹਾਨੂੰ ਉਹ ਸਦਾ ਵਾਸਤੇ ਯਾਦ ਰਹਿੰਦੀ ਹੈ। ਇਹ ਨਾਮ ਦੀ ਕਮਾਈ ਹੈ। ਅਤੇ ਜਿਹਨਾਂ ਬੱਚਿਆਂ ਦੇ ਵਿੱਚ ਕੋਈ ਵੀ ਚੀਜ਼ ਦਿਮਾਗ ਦੇ ਵਿੱਚ ਸਦਾ ਲਈ ਕਾਇਮ ਹੋ ਜਾਂਦੀ ਆ, ਫਿਰ ਉਹ ਉਹਨਾਂ ਦੀ ਪੂੰਜੀ ਬਣ ਜਾਂਦੀ ਆ ਅਤੇ ਉਹਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਉਹ ਕਿਸੇ ਵੀ ਇਮਤਿਹਾਨ ਦੇ ਵਿੱਚ ਸਭ ਤੋਂ ਅੱਗੇ ਹੋ ਨਿਕਲਦੇ ਹਨ। ਜਿਵੇਂ ਨਾਮ ਦੇ ਵਿੱਚ ਅਨੇਕਾਂ ਸ਼ਬਦ ਹਨ, ਜਿਵੇਂ ਇੱਕ ਸ਼ਬਦ ਬੱਚਿਆਂ ਦੀ ਪੜ੍ਹਾਈ ਵਾਸਤੇ ਜਿਹੜਾ ਦਾਸ ਨੇ ਵੀ ਕਈਆਂ ਬੱਚਿਆਂ ਦੇ ਨਾਲ ਸਾਂਝਾ ਕੀਤਾ ਸੀ, ਉਹ ਸ਼ਬਦ ਭਾਈ ਬਹਿਲੋ ਜੀ ਦਾ ਕਿ ਧੰਨ ਭਾਈ ਬਹਿਲੋ ਸਭ ਤੋਂ ਪਹਿਲੋ। ਅਗਰ ਅਸੀਂ ਇਸ ਸ਼ਬਦ ਨੂੰ ਵੀ ਆਪਣੀ ਪੜ੍ਹਾਈ ਦੇ ਵਿੱਚ ਨਾਲ ਨਾਲ ਵਸਾ ਲਈਏ ਤਾਂ ਆਪਾਂ ਦੇਖਾਂਗੇ ਕਿ ਆਉਣ ਵਾਲੇ ਕੰਪੀਟੀਸ਼ਨਾਂ ਦੇ ਵਿੱਚ ਉਹ ਬੱਚੇ ਅੱਗੇ ਨਿਕਲ ਜਾਂਦੇ ਹਨ ਜਿਹੜੇ ਇਸ ਸ਼ਬਦ ਦੀ ਕਮਾਈ ਕਰਦੇ ਹਨ ਅਤੇ ਇਸ ਸ਼ਬਦ ਨੂੰ ਭਾਗ ਲਾਉਂਦੇ ਹਨ ਕਿ ਧੰਨ ਭਾਈ ਬਹਿਲੋ ਸਭ ਤੋਂ ਪਹਿਲੋ। ਭਾਵ ਕੀ ਆ, ਨਾਮ ਚਾਹੇ ਕਿਸੇ ਸ਼ਬਦ ਦੀ ਵਿਧੀ ਨਾਲ ਜਪੋ, ਚਾਹੇ ਇਕੱਲਾ ਵਾਹਿਗੁਰੂ ਮੰਤਰ ਜਪੋ, ਚਾਹੇ ਮੂਲ ਮੰਤਰ ਜਪੋ, ਚਾਹੇ ਧੰਨ ਗੁਰੂ ਨਾਨਕ ਆਖੋ, ਜੋ ਵੀ ਸ਼ਬਦ ਕਿਸੇ ਨੂੰ ਵੀ ਸਭ ਤੋਂ ਵੱਧ ਪਿਆਰਾ ਲੱਗਦਾ ਹੈ, ਬਸ ਉਸ ਦਾ ਚਿਤਬਣੀ ਕਰਨੀ ਹੈ ਅਤੇ ਉਹ ਚਿਤਬਣੀ ਤੁਹਾਨੂੰ ਉਸ ਅਦ੍ਰਿਸ਼ ਅਕਾਲ ਪੁਰਖ ਸ਼ਕਤੀ ਜਿਹੜੀ ਰੂਪ ਰੰਗ ਰੇਖ ਤੋਂ ਪਰੇ ਹੈ ਉਹਦੇ ਨਾਲ ਜੋੜ ਦਿੰਦੀ ਆ। ਅਤੇ ਜਦੋਂ ਉਹ ਜੁੜ ਜਾਂਦਾ ਹੈ ਅਤੇ ਇਨਸਾਨ ਜਿਹੜਾ ਹੈ ਔਖੇ ਤੋਂ ਔਖੇ ਕੰਮ ਦੇ ਵਿੱਚ ਵੀ ਆਪਣੇ ਆਪ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਦਾ ਹੈ ਅਤੇ ਉਹ ਆਪਣੀ ਜੈ ਜੈਕਾਰ ਕਰਾਉਣ ਦੇ ਵਿੱਚ ਹਰੇਕ ਤੋਂ ਸਮਰੱਥ ਹੋ ਜਾਂਦਾ ਹੈ, ਉਹ ਦੂਸਰਿਆਂ ਦੇ ਮੁਕਾਬਲੇ ਸਭ ਤੋਂ ਅੱਗੇ ਹੋਣ ਨਿਕਲਦਾ ਹੈ। ਇਹ ਨਾਮ ਜਪਣ ਦੀ ਜੋ ਕਮਾਈ ਹੈ ਉਹਦਾ ਇਹੋ ਫਲ ਹੈ, ਇੰਨਾ ਭਾਰਾ ਫਲ ਹੈ ਕਿ ਹਰੇਕ ਆਦਮੀ ਜੋ ਨਾਮ ਜਪਦਾ ਹੈ ਉਸ ਤੋਂ ਉਹਦੀ ਕੀਤੀ ਹੋਈ ਕਮਾਈ ਤੋਂ ਹੈਰਾਨ ਰਹਿ ਜਾਂਦਾ ਹੈ, ਦੰਗ ਰਹਿ ਜਾਂਦਾ ਹੈ ਕਿ ਜਿਹੜੀ ਗੱਲ ਮੇਰੀ ਸਮਝ ਦੇ ਵਿੱਚ ਨਹੀਂ ਆਈ ਇਸ ਨੇ ਕਿਵੇਂ ਕਰ ਲਈ, ਕਿਉਂਕਿ ਵਾਹਿਗੁਰੂ ਉਸ ਦੀ ਬੁੱਧੀ ਨੂੰ ਉਹਦੇ ਹੱਥਾਂ ਨੂੰ ਉਹਦੇ ਦਿਲੇ ਦਿਮਾਗ ਨੂੰ ਰੋਸ਼ਨ ਕਰ ਦਿੰਦਾ ਹੈ, ਉਹਦੀ ਜ਼ਿੰਦਗੀ ਚਾਨਣ ਮੁਨਾਰਾ ਬਣ ਜਾਂਦੀ ਹੈ ਅਤੇ ਉਹ ਆਪਣੀ ਜ਼ਿੰਦਗੀ ਦੀ ਮੋਰਲੀ ਕਤਾਰ ਦੇ ਵਿੱਚ ਖੜ੍ਹਾ ਹੋ ਜਾਂਦਾ ਹੈ। ਇਸ ਕਰਕੇ ਕਦੀ ਵੀ ਕੋਈ ਵੀ ਕੰਮ ਕਰ ਦੇ ਸਕੇ ਨਾਮ ਨੂੰ ਦਿਲੋਂ ਨਹੀਂ ਭੁਲਾਉਣਾ ਚਾਹੀਦਾ, ਜਿੰਨਾ ਹੋ ਸਕਦਾ ਹੈ ਬਿਲਕੁਲ ਸਹਿਜ ਦੇ ਵਿੱਚ, ਬਿਲਕੁਲ ਸਹਿਜ ਪਿਆਰ ਔਰ ਸ਼ਾਂਤੀ ਦੇ ਵਿੱਚ ਇਹਦੇ ਆਪਣੇ ਮਨ ਦੇ ਵਿੱਚ ਇਸ ਦਾ ਚਿਤਬਣ ਕਰਦੇ ਜਾਓ। ਚਿਤਬਣੀ ਕਰਦੇ ਕਰਦੇ ਇੱਕ ਦਿਨ ਜਿਹਦੀ ਚਿਤਬਣੀ ਕਰਦੇ ਹਾਂ ਉਹਦਾ ਹੀ ਅਸੀਂ ਰੂਪ ਹੋ ਜਾਂਦੇ ਹਾਂ ਤਾਂ ਫਿਰ ਤਾਂ ਹਰ ਮੈਦਾਨ ਫਤਿਹ ਵਾਲੀ ਗੱਲ ਹੋ ਜਾਂਦੀ ਹੈ। ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਦਸ ਖਿਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।